मोगा में श्री गुरु तेग बहादुर जी का शहीदी दिवस बड़ी ही श्रद्धा पूर्वक मनाया गया। इस मौके पर एक भव्य नगर कीर्तन का आयोजन किया गया। ये नगर कीर्तन मोगा के नामदेव भवन से शुरू होकर कैंप मार्केट, अकालसर रोड, जेल रोड, रामगंज में होता हुआ शहर के अलग अलग गुरुद्वारा से होकर नामदेव भवन गुरुद्वारा में समाप्त हुआ। इस नगर कीर्तन में बच्चे, औरतें और काफी बड़ी संख्या में शहरवासी शामिल हुए। ਜਿੰਨੇ ਵੀ ਜਾਂਦੇ ਰਹੇ ਆ ਗੁਰੂ ਸਾਹਿਬ ਵਾਲੇ ਦੀ ਜਾਂਦੇ ਰਹੇ ਆ ਪੈਦਲ ਜਾਂ ਘੋੜਿਆਂ 'ਤੇ ਉਸ ਨੂੰ ਮੁੱਖ ਰੱਖਦਿਆਂ ਹੋਏ ਹਾਂ। ਪਹਿਲਾਂ ਵੀ ਇੱਕ ਵਾਰੀ ਕਰ ਚੁੱਕੇ ਹਾਂ ਇਸ ਪੈਦਲ, ਅੱਜ ਇਸ ਨੂੰ ਉਜਾਗਰ ਕਰਨ ਵਾਸਤੇ ਕਿ ਵੀ ਅੱਜ ਪੈਦਲ ਜਿਹੜੇ ਯਾਤਰਾ ਹੈ ਪੈਦਲ ਜਿਹੜੀ ਮਹਾਨਤਾ ਹੈ ਗੁਰੂ ਘਰ ਜਾਣ ਵਾਸਤੇ ਵੀ ਉਹਦੇ ਨੂੰ ਮੁੱਖ ਰੱਖਦਿਆਂ ਹੋਏ ਹਾਂ। ਪਹਿਲੀ ਕਾਫੀ ਚਿਰ ਬਾਅਦ ਹੋ ਰਿਹਾ ਜਿਹਨੂੰ ਉਸ ਸੁਧਾਰ ਕਰਕੇ ਪਹਿਲਾਂ ਵੀ ਕੀਤਾ ਗਿਆ ਸੀ 2004 'ਚ, ਉਸ ਤੋਂ ਬਾਅਦ ਸੁਧਾਰ ਕਰਕੇ ਅੱਜ ਪਹਿਲੀ ਵਾਰੀ ਮਤਲਬ ਮੌਕੇ 'ਚ ਬਹੁਤ ਅੱਛੀ ਤਰੀਕੇ ਨਾਲ ਮੈਨੇਜਮੈਂਟ ਕਰਕੇ ਇਹ ਨਾਮ ਦੇ ਭਵਨ ਚੱਲ ਕੇ ਇਹ ਆਪਣਾ ਬਾਬਾ ਕਿਸ਼ਨ ਸਿੰਘ ਗੁਰਦੁਆਰੇ ਦੀ ਹੋ ਕੇ ਹੁਣ ਮਾਈ ਜਾਨਕੀ ਦੇ ਗਿੱਲ ਰੋਡ 'ਤੇ ਜਾ ਕੇ ਰਾਮਗਾਈ ਮੰਡੀ ਮੇਨ ਬਿਹਾਰ, ਮੇਨ ਬਿਹਾਰ 'ਚੋਂ ਗੁਰਦੁਆਰਾ ਬੀਬੀ ਕਾਨਕੌਰ ਤੋਂ ਲੰਘ ਕੇ ਮਜਿਸਟਰ ਰੋਡ ਕਰਤਾਰਪੁਰ 'ਤੇ ਲੰਘ ਕੇ ਅਤੇ ਕਲਗੀਧਰ ਨਿਕਲ ਕੇ ਇਹ ਛੋਟੇ ਬੱਚਿਆਂ ਨੂੰ ਵੀ ਜਾਗਰਤ ਕਰਨ ਵਾਸਤੇ ਉਹਨਾਂ ਨੂੰ ਇਸ ਗੁਰੂ ਇਤਿਹਾਸ ਨਾਲ ਜੋੜਨ ਲਈ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਸਾਰਾ ਪ੍ਰੋਗਰਾਮ ਰੱਖਿਆ ਗਿਆ ਤਾਂ ਕਿ ਬੱਚਿਆਂ ਨੂੰ ਆਪਣੇ ਗੁਰੂ ਇਤਿਹਾਸ ਦੇ ਬਾਰੇ ਜਾਣਕਾਰੀ ਪੂਰੀ ਮਿਲ ਸਕੇ। ਉਹਦੇ ਬਾਰੇ 'ਚ ਅਸੀਂ ਫੋਟੋਆਂ ਵੀ ਲਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਮੋਗਾ ਸੇ ਜਾਗਰਤੀ ਲਹਿਰ ਕੇ ਲੀਏ ਬਿੱਟੂ ਪੂਰਵਾ ਕੀ ਰਿਪੋਰਟ।